ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਆ? ਠੀਕ ਆ, ਤੁਸੀਂ ਠੀਕ ਠਾਕ ਹੋ? ਤੇ ਮੈਂ ਅੱਜ ਪੰਜਾਬੀ ਦੇ ਵਲੋਗ ਬਣਾਉਣਾ ਚਾਹ ਰਿਹਾ। ਮੈਂ ਸੋਚਣ ਡਿਆ ਸੀ, ਮੈਂ ਕਿਹਾ ਅੱਜ ਪੰਜਾਬੀ ਦੇ ਵਲੋਗ ਬਣਾਉਂਦੇ ਹਾਂ, ਦੇਖਦੇ ਹਾਂ ਕਿ ਇਹ ਵਲੋਗ ਕਿੱਦਾਂ ਦਾ ਬਣਦਾ। ਉਦੂ ਬੋਲ ਗਿਆ, ਮੈਂ ਤਾਂ ਥੱਕ ਗਿਆ, ਅਤੇ ਨਾ ਤੁਸੀਂ ਵਲੋਗ ਦੇਖਦੇ ਹੋ ਨਾ ਮੈਂ ਵਲੋਗ ਕੋਈ ਚੱਜ 'ਤੇ ਬਣਾ ਰਿਹਾ ਕਿ ਜਿਹੜੇ ਤੁਹਾਨੂੰ ਸੋਹਣੇ ਲੱਗਣ। ਅਤੇ ਅੱਜ ਮੈਂ ਪੰਜਾਬੀ ਦੇ ਵਲੋਗ ਬਣਾਉਣ ਲੱਗਾ ਵਾ, ਦੇਖਦੇ ਅੱਜ ਵਲੋਗ ਕਿੱਦਾਂ ਦਾ ਬਣਦਾ। ਬੜਾ ਅਜੀਬ ਜੀਬ ਜਿਹਾ ਲੱਗ ਰਿਹਾ, ਮੈਂ ਪੰਜਾਬੀ ਬੋਲਣ ਡਿਆ ਅਤੇ ਪੰਜਾਬੀ ਜਿਹੜੀ ਮੇਰੀ ਫਿਰ ਵੀ ਠੀਕ ਨਿਕਲ ਜਾਂਦੀ, ਉਰਦੂ ਦਾ ਮੈਂ ਫਸ ਜਾਂਦਾ ਹੁੰਦਾ। ਲੇਕਿਨ ਆਹ ਕੈਮਰਾ ਦੇਖ ਕੇ ਮੇਰੀ ਪੰਜਾਬੀ ਵੀ ਪਸੰਦ ਹੀ ਹੈ, ਸਮਝ ਨਹੀਂ ਆਉਂਦੀ ਕਿ ਕੈਮਰੇ ਦਾ ਕਮਾਲ ਹੈ ਕਿ ਮੇਰੀ ਆਦਤ ਬਣੀ ਸੀ ਉਰਦੂ ਬੋਲਣ ਦੀ ਕੈਮਰੇ ਦੇ ਕੇ, ਉਹ ਪਸੰਦ ਹੀ ਹੈ। ਅਤੇ ਇਸ ਲਈ ਮੇਰੀ ਜਿਹੜੀ ਲਾਈਟ ਹੈ ਇਹਦੀ ਫਿਰ ਚੱਜ ਖਤਮ ਹੋ ਗਈ। ਚਲੋ ਖੈਰ, ਤੋ ਅੱਜ ਜਿਹੜਾ ਨਾ ਫਿਰ ਮੇਰੇ ਮੂੰਹ ਤੋਂ ਉਰਦੂ ਵੀ ਨਿਕਲਣ ਦੀ ਹੈ, ਲੇਕਿਨ ਨਹੀਂ, ਆਪਾਂ ਅੱਜ ਪੰਜਾਬੀ ਦੇ ਵਲੋਗ ਕਰਨਾ। ਅਤੇ ਹਜੇ ਵਜੇ ਤਕਰੀਬਨ 3 ਵੱਜ ਗਏ, 2:30 ਵਜੇ ਤਕਰੀਬਨ 2:45 ਹੋ ਗਏ। ਅੱਜ ਚੱਲਣ ਦਿਆ ਜੀ 13ਵਾਂ ਰੋਜ਼ਾ। ਅਤੇ ਜਿਹੜੇ ਮੇਰੇ ਪਿਛਲੇ 2 ਵਲੋਗ ਮੈਂ ਪਾਏ ਆ, ਅਤੇ ਅਲਹਮਦੁਲਿਲਾ ਤੁਹਾਡਾ ਬੜਾ ਬੜਾ ਸ਼ੁਕਰੀਆ ਕਿ ਤੁਸੀਂ ਬਿਲਕੁਲ ਵੀ ਨਹੀਂ ਦੇਖੇ, ਅਤੇ ਬੜੀ ਅੱਛਾ ਲੱਗਿਆ ਮੈਨੂੰ ਦੇਖੇ। ਅਤੇ ਕੋਈ ਨਹੀਂ, ਖੈਰ ਆ, ਇਹ ਚੈਨਲ ਜਿਹੜਾ ਵਾ ਮੈਨੂੰ ਲੱਗ ਰਿਹਾ ਕਿ ਅਨਕਰੀਬ ਇਹ ਬੰਦ ਹੋ ਜਾਣਾ, ਠੱਪ ਹੋ ਜਾਣਾ। ਕੋਈ ਮਸਲਾ ਨਹੀਂ, ਇਨਸ਼ਾਅੱਲਾ ਤਾਲਾ ਕੋਸ਼ਿਸ਼ ਇਸੇ ਤਰ੍ਹਾਂ ਹੀ ਕਰੀ ਜਾਵਾਂਗੇ। ਹੁਣ ਚਾਵਲਾਂ ਮਾਣੀ ਸ਼ੁਰੂ ਕਰ ਦੇਣਗੇ ਇਨਸ਼ਾਅੱਲਾ ਤਾਲਾ, ਅਤੇ ਦੇਖਾਂਗੇ ਇੱਥੇ ਵੀ ਅੱਗੇ ਚਾਵਲ ਹੀ ਮਸ਼ਹੂਰ ਹੋ ਰਹੇ ਆ। ਚਾਵਲਾਂ ਤਾਂ ਮੈਨੂੰ ਯਾਦ ਹੈ ਕਿ ਚਾਵਲ ਮੈਂ ਤੁਹਾਨੂੰ ਹੁਣੇ ਦਿਖਾਉਂਦਾ ਵਾਂ। ਇਹ ਦੱਸੋ ਇਹ ਚਾਵਲਾਂ ਨਹੀਂ ਤਾਂ ਹੋਰ ਕੀ ਹੈ? ਅਤੇ ਤੁਸੀਂ ਅਗਰ ਇਹ ਚੀਜ਼ ਦਾ ਪਸੰਦ ਕਰਦੇ ਆ ਤਾਂ ਭਾਈ ਮੇਕੋ ਆਹ ਚੀਜ਼ਾਂ ਵੇਖੋ ਹੀ ਮੰਨੀ ਹੈਗੀ। ਉਹਦਾ ਟੈਲੈਂਟ ਆ, ਉਹ ਕਰ ਸਕਦਾ ਭਾਈ, ਉਹ ਕੀਤਾ ਵਾ ਅਤੇ ਅੱਜ ਤੱਕ ਇੱਥੇ ਤੱਕ ਪਹੁੰਚਿਆ। ਅਤੇ ਅੱਜ ਤੁਹਾਨੂੰ ਪਹਿਲੇ ਦਿਖਾ ਲਗਾ ਆਹ ਟੈਲੈਂਟ ਹੁੰਦਾ ਅਤੇ ਫਿਰ ਬੰਦਾ ਮਸ਼ਹੂਰ ਹੁੰਦਾ, ਨਹੀਂ ਤਾਂ ਬੰਦਾ ਮੇਰਾ ਖਿਆਲ ਮਸ਼ਹੂਰ ਮੁਸ਼ਕਿਲ ਹੀ ਹੁੰਦਾ। ਦੇਖਦੇ ਹਾਂ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ। ਅਤੇ ਵੈਸੇ ਤਾਂ ਬੰਦਾ ਮੈਨੂੰ ਬਹੁਤ ਪਸੰਦ ਆਇਆ, ਮੈਂ ਤਾਂ ਇਹਦੀ ਵੀਡੀਓ ਤਕਰੀਬਨ ਦੇਖਦਾ ਵਾਂ, ਅੱਜ ਕੱਲ੍ਹ ਦੇਖਣੀਆਂ ਸ਼ੁਰੂ ਕੀਤੀਆਂ ਤਾਂ ਕਾਫੀ ਜ਼ਿਆਦਾ ਅੱਛੇ ਲੱਗ ਰਹੀਆਂ ਮੈਨੂੰ ਤਾਂ। ਲੇਕਿਨ ਫਿਰ ਵੀ ਤੁਹਾਨੂੰ ਦਿਖਾਉਂਦੇ ਹਾਂ ਚਵਲਾ ਮਾ ਕੇ ਜਿੰਦਾਬਾਦ। ਆਹ ਬੰਦਾ ਵਾ, ਆਹ ਬੰਦਾ ਚੰਗੀ ਤਰ੍ਹਾਂ ਯਾਦ ਕਰ ਲਓ, ਇਹ ਹੈਗਾ ਜੀ ਸਾਡਾ ਡੱਕੀ ਬਾਈ, ਜਿਹੜਾ ਕਿ ਬੜਾ ਮਸ਼ਹੂਰ ਯੂਟਿਊਬਰ ਆ ਪਾਕਿਸਤਾਨ ਦਾ, ਸਭ ਤੋਂ ਵੱਡਾ ਰੋਸਟਰ ਪਾਕਿਸਤਾਨ ਦਾ ਤਕਰੀਬਨ ਇਹੀ ਹੈ। ਅਤੇ ਇਹਦੇ ਕੰਮ ਤੁਸੀਂ ਚੈੱਕ ਕਰੋ ਅਤੇ ਫਿਰ ਦੱਸੋ ਕਿ ਫਿਰ ਟੈਲੈਂਟ ਹੈ ਕਿ ਨਹੀਂ ਹੈ ਇਸ ਬੰਦੇ ਵਿੱਚ। ਮੈਂ ਆਵਾਜ਼ ਬੰਦ ਕਰ ਦੇਵਾਂ, ਚੈੱਕ ਕਰੋ, ਇਹ ਆਪਣੀ ਗੱਡੀ ਦਿਖਾ ਰਿਹਾ ਹੈ ਫਿਲਹਾਲ। ਅਤੇ ਆਹ ਕੰਮ ਚੈੱਕ ਕਰੋ ਜੀ, ਆਹ ਚੈੱਕ ਕਰੋ ਜੀ, ਇਹ ਹੁੰਦਾ ਜੀ ਟੈਲੈਂਟ। ਆਹ ਜਿਹੜੀ ਚੀਜ਼ ਆ ਨਾ, ਇਹ ਬੰਦੇ ਨੂੰ ਉੱਤੇ ਤੱਕ ਲੈ ਕੇ ਜਾਂਦੀ ਕਾਮਯਾਬ। ਯਾਰ ਕਿਆ ਸਟਾਈਲ ਆ ਤੇਰਾ, ਯਾਰ ਮੈਂ ਤੇਰੇ ਸਟਾਈਲ ਦੇ ਮਰ ਗਿਆ। ਮੈਂ ਕਿਹਾ ਤੂੰ ਛਾ ਗਿਆ, ਮੈਂ ਕਿਹਾ ਚੌਧਰੀ ਤੂੰ ਛਾ ਗਿਆ, ਬੜਾ ਜ਼ੋਰਦਸਤ ਟਾਈਮ। ਆਹ ਚੈੱਕ ਕਰ ਯਾਰ, ਬੜਾ ਇਸ ਤਰ੍ਹਾਂ ਦਾ ਬੰਦਾ ਹੋਣਾ ਚਾਹੀਦਾ ਜਿਹੜਾ ਕਿ ਯੂਟਿਊਬ 'ਤੇ ਚੱਲ ਸਕੇ। ਬਸ ਚਲੋ ਜੀ, ਬਹੁਤ ਹੋ ਗਿਆ ਜੀ, ਇਹ ਹੈਗੇ ਜੀ ਸਾਡੇ ਡੱਕੀ ਬਾਈ। ਅਤੇ ਬਾਈ ਜਾਨ ਕਿਆ ਬਾਤ ਆ, ਬੜਾ ਕੰਟੈਂਟ ਬਣਾਉਂਦੇ ਤੁਸੀਂ। ਜਿੱਦਾਂ ਕਿ ਤੁਸੀਂ ਦੇਖ ਲਿਆ ਇਸ ਬੰਦੇ ਦਾ ਟੈਲੈਂਟ, ਇਹ ਟੈਲੈਂਟ ਸਿਰਫ ਉਹਦਾ ਐਕਸ਼ਨ ਸੀ ਜਿਹੜੇ ਮੈਂ ਤੁਹਾਨੂੰ ਦਿਖਾਇਆ, ਟੈਲੈਂਟ ਇਹਦਾ ਇਸ ਤੋਂ ਵੀ ਉੱਪਰ ਆ। ਉਹ ਤੁਸੀਂ ਖੁਦ ਜਾ ਕੇ ਦੀ ਵੀਡੀਓ ਦੇਖ ਕੇ ਅਤੇ ਜੱਜ ਕਰ ਸਕਦੇ ਹੋ। ਇਸ ਵਜ੍ਹਾ ਤੋਂ ਇਸ ਬੰਦੇ ਦੇ ਟੈਲੈਂਟ ਬਹੁਤ ਜ਼ਿਆਦਾ ਸੀ ਅਤੇ ਇਸ ਵਜ੍ਹਾ ਤੋਂ ਇਹ 3 ਮਿਲੀਅਨ 'ਤੇ ਪਹੁੰਚਿਆ, ਜੋ ਕਿ ਇਸਦਾਂ ਦਾ ਟੈਲੈਂਟ ਸਾਡੇ ਕੋਲ ਨਹੀਂ ਹੈ। ਅਤੇ ਇਹ ਕੰਮ ਹਿੰਮਤ ਕਰਨ ਦੇ ਸਾਡੇ ਕੋਲ ਹੈ ਨਹੀਂ। ਇਸਦੇ ਬਹੁਤ ਸਾਰੇ ਐਸੇ ਕੰਮ ਹਨ 99 ਕਿ ਜਿਹੜਾ ਬਹੁਤ ਜ਼ਿਆਦਾ ਹੀ ਮੈਂ ਹੰਕੀ ਲਫ਼ਜ਼ ਇਸਤੇਮਾਲ ਕਰਾਂ, ਉਹ ਬੰਦਾ ਕਰ ਸਕਦਾ ਅਤੇ ਸਾਡੇ ਵਰਗੇ ਬੰਦੇ ਕੋਲ ਉਹ ਕੰਮ ਨਹੀਂ ਹੋ ਸਕਦੇ। ਅਤੇ ਇਹ ਹਿੰਮਤ ਹੈ ਇਸ ਬੰਦੇ ਦੀ। ਇੱਕ ਇਹ ਬੰਦਾ ਯੂਟਿਊਬ 'ਤੇ ਕਰਨਾ, ਉੱਥੋਂ ਛੱਡ ਦਿਉ, ਇਹ ਐਂਡ ਲੈਵਲ ਗੇਮ ਇਸ ਬੰਦੇ ਦੀ। ਅਤੇ ਇਹ ਸਲਿਊਟ ਹੈ ਇਸ ਬੰਦੇ ਨੂੰ, ਮੇਰਾ ਸਲਿਊਟ। ਮੈਨੂੰ ਲੱਗ ਰਿਹਾ ਕਿ ਇਸ ਚੈਨਲ 'ਤੇ ਮੈਂ ਰੋਸਟਿੰਗ ਸ਼ੁਰੂ ਕਰਤੀ ਆ ਅਤੇ ਡੱਕੀ ਭਾਈ ਨੂੰ ਅਸੀਂ ਰੋਸਟ ਕਰ ਤਾਂ ਨਹੀਂ ਸਾਰੇ ਇਹਨੇ, ਮੈਨੂੰ ਤਹਿ ਸ਼ਾਇਦ ਲੱਗ ਰਿਹਾ ਕਦੇ ਤੱਕ ਮੇਰੀ ਵੀਡੀਓ ਪਹੁੰਚ ਗਈ। ਲੇਕਿਨ ਨਹੀਂ, ਖੈਰ ਹੈ, ਗੱਲ ਇੱਦਾਂ ਵਾ ਕਿ ਜੇ ਰਾਜ ਦਾ ਰੋਜ਼ਾ ਬੜਾ ਜ਼ਿਆਦਾ ਸਖਤ ਆ, ਕਿਉਂਕਿ ਅੱਜ ਜੁੰਮਾ ਵਾ। ਜੁੰਮੇ ਦਾ ਰੋਜ਼ਾ ਹਰ ਦਫ਼ਾ ਜੁੰਮੇ ਦਾ ਦਿਨ ਵੈਸੇ ਸਖਤ ਹੁੰਦਾ, ਅਤੇ ਜਦੋਂ ਰੋਜ਼ਾ ਰੱਖਿਆ ਹੋਇਆ ਫਿਰ ਜ਼ਿਆਦਾ ਸਖਤ ਲੱਗਦਾ, ਕਿਉਂਕਿ ਧੁੱਪ ਬੜੀ ਤੇਜ਼ ਲੱਗ ਰਹੀ, ਗਰਮੀ ਬਹੁਤ ਜ਼ਿਆਦਾ ਲੱਗ ਰਹੀ। ਵੈਸੇ ਫਿਲਹਾਲ ਮੈਂ ਪੱਖੇ ਤੋਂ ਬਗੈਰ ਹੀ ਬੈਠਾ ਹੋਇਆ ਗਰਮੀ ਵਿੱਚ, ਕਿਉਂਕਿ ਵਲੋਗ ਕਰਨਾ। ਇਸ ਪੱਖੇ ਦੀ ਜਿਹੜੀ ਆਵਾਜ਼ ਆ ਤਾਂ ਬਹੁਤ ਜ਼ਿਆਦਾ ਖੜਕਾ ਖੜਕਾ ਕਰਦੇ ਦੀ ਆਵਾਜ਼ ਆਉਂਦੀ ਹੈ, ਤਾਂ ਜੋ ਕਿ ਇਹ ਇੱਥੇ ਬੜੀ ਭੈੜੀ ਲੱਗਣੀ ਹੈ। ਅਤੇ ਇਸ ਲਈ ਮੈਂ ਪੱਖਾ ਬੰਦ ਕਰਕੇ ਗਰਮੀ 'ਚ ਬੈਠਾ ਹੋਇਆ ਫਿਲਹਾਲ। ਹਜੇ ਤਕਰੀਬਨ 3 ਵਜਣ ਵਾਲੀ ਆ ਅਤੇ ਮੈਂ ਵਲੋਗ 3 ਮਿੰਟ 'ਤੇ ਬੈ ਕੇ ਬੋਲ ਲਿਆ ਆਇਆ ਵਾ। ਅਤੇ ਜੋ ਮੇਰੇ ਕੋਲ ਦਿਖਾਉਣ ਨੂੰ ਕੁਝ ਹੁੰਦਾ ਨਹੀਂ ਆਸੇ ਪਾਸੇ ਦਾ, ਨਾ ਕੋਈ ਮੇਰੇ ਨਾਲ ਗੱਲ ਕਰਨ ਵਾਲਾ ਹੈਗਾ ਇਸਦਾ ਕਿ ਮੈਂ ਉਹਨੂੰ ਗੱਲ ਕਰਕੇ ਸਾਨੂੰ ਸ਼ੋਲ ਮੇਲਾ ਲਿਖਾਵਾਂ ਦਿੰਦਾ, ਅਤੇ ਉਹ ਬਸ ਫਿਰ ਇੱਦਾਂ ਹੀ ਵਲੋਗ ਬਣਦੇ ਆ ਅਤੇ ਇੱਦਾਂ ਹੀ ਫਿਰ ਮੈਂ ਚੜ੍ਹੀ ਜਾਂਦਾ। ਤੁਹਾਨੂੰ ਮਜ਼ਾ ਆਉਂਦਾ ਤਾਂ ਠੀਕ ਆ, ਨਹੀਂ ਆਉਂਦਾ ਤਾਂ ਫਿਰ ਵੀ ਮੈਂ ਚੜ੍ਹਾਈ ਜਾਣੇ ਆ, ਨਹੀਂ ਚੜ੍ਹਾਉਂਦਾ ਤਾਂ ਫਿਰ ਸਮਝੋ ਚੈਨਲ ਬੰਦ ਆ। ਅਗਰ ਚੜ੍ਹਾਉਂਦਾ ਰਿਹਾ ਤਾਂ ਫਿਰ ਸਮਝੋ ਚੈਨਲ ਚੱਲਦਾ ਪਿਆ ਵਾ। ਦੇਖਿਆ ਮੈਨੂੰ ਗੱਲ ਯਾਦ ਹੈ ਕਿ ਜਦੋਂ ਮੈਂ ਨਾ ਯੂਟਿਊਬ ਦਾ ਆਪਣਾ ਚੈਨਲ ਸ਼ੁਰੂ ਕਰਨਾ ਸੀਗਾ ਤਾਂ ਮੈਨੂੰ ਇਹ ਗੱਲ ਕਹਿੰਦੇ ਸੀ, ਪੁੱਤ ਅਗਰ ਤੂੰ ਯੂਟਿਊਬ ਸ਼ੁਰੂ ਕਰਤੀ ਤਾਂ ਤੇਰਾ ਵਿਆਹ ਕੌਣ ਕਰੂਗਾ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਬੰਦੇ ਦਾ ਵੀ ਸ਼ਾਦੀ ਹੋ ਜਾਂਦੀ ਹੈ। ਜਰਾ ਦੇਖੋ, ਆਹ ਵਾ ਜੋ ਬੰਦਾ ਡੱਕੀ ਬਾਈ, ਤੇ ਆਹ ਦੇਖੋ ਜੀ ਨਾਲ ਉਹਦੀ ਵਾਈਫ ਬੈਠੀ ਹੋਈ ਹੈ, ਉਹਦੀ ਸ਼ਾਦੀ ਹੋ ਰਹੀ ਹੈ। ਇਹਦੀ ਅਜੇ ਮੈਂ ਹਜੇ ਉਹ ਕਰਤੂਤਾਂ ਤੁਹਾਨੂੰ ਦਿਖਾਈਆਂ ਨਹੀਂ ਹੈ, ਇੱਕ ਕਰਤੂਤ ਜਿਹੜੀ ਹੈ ਮੈਂ ਤੁਹਾਨੂੰ ਦਿਖਾਉਂਦਾ ਥੋੜ੍ਹੀ, ਅਤੇ ਤੁਸੀਂ ਦੇਖੋ ਅਤੇ ਫਿਰ ਦੱਸਿਓ ਆਹ ਵੀਡੀਓ ਆ। ਇਸ ਵੀਡੀਓ 'ਤੇ ਡੱਕੀ ਬਾਈ ਨੇ ਕਿਹਾ ਸੀ ਕਿ ਅਗਰ ਮੇਰੀ ਵੀਡੀਓ 'ਤੇ ਇੰਨੇ ਲਾਈਕ ਜਾਂ ਇੰਨੇ ਕਮੈਂਟ ਆ ਗਏ ਤਾਂ ਮੈਂ ਆਹ ਕਰੂੰਗਾ, ਆਹ ਕੰਮ ਚੈੱਕ ਕਰੋ ਇਹਦੇ। ਆਹ ਇਹ ਕੰਮ ਤਾਂ ਇਹ ਕੁਛ ਵੀ ਨਹੀਂ ਹੈ। ਆਹ
इस बंदे ने ज्यादा कारनामे मैं दिखा नहीं सकता क्योंकि मेरा जो चैनल है फैमिली चैनल है, इसलिए मैं इस बंदे ने ज्यादा कारनामे थानू नहीं दिखाने। जिहड़े मैं सिर्फ दसना जा रहा कि ये बंदे भी मशहूर हो रहे हैं, मैं ये काम नहीं कर सकता, इंशाला करना भी नहीं है, लेकिन मैं दस रहा कि इदां दे काम करके भी लोग मशहूर हो रहे हैं। बंदा इत्थे हुण की करे, ठंडा पानी पी मरे, अल्लाह पुंडी आ गई पुंडी आ गई पुंडी आ गई, दरवाजा मेरा सारा बंद है, उत्तों भी बंद है, इधरों भी बंद है, पुंडी इधरों अंदर आ गई है, इन्हें अंदर छत्ता ना बना लवे, तेनू मैं जल्दी ना मार दवा कि मेरे लड़ भी ना जाए, पता नहीं किधर गई पुंडी मर गई जख्मी हो गई, हम भी नहीं पता डिगी कितने जी माई पुंडी आ जी है ना आ चीज आ माई भुंडी इधर पई है मार ही दिने पहले इस तो पहले के कोई होर काम दिखावे मर गई है जी। कि लगी जी अभी पंजाबी वाली वीडियो, तो मैंने लग रहा है कि तुम वीडियो अच्छी लगेगी, अगर अच्छी लगे तो लाइक करना, अगर ना अच्छी लगे तो सब्सक्राइब करना, तो इसे दोस्तों शेयर करना वीडियो नूं, पंजाबी दी वीडियो बनाया करा कि ना बनाया करा इतने रिकमेंड कर देना कि चवला तुहानू पसंद आई है कि तुहानू गुस्सा चढ़िया देख के, ये भी तुसीं दसना वा। अज दी वीडियो इत्थे तक ही रखते हैं, छोटी जी वीडियो ते काफी है, ते अल्लाह हाफिज़।